ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਹਾਂਜੀ, ਅੱਜ ਓਐਸਟੀ ਸਾਹਿਬ ਆਏ ਸੀ ਆਪਣਾ ਮੁੱਖ ਮੰਤਰੀ ਸਾਹਿਬ ਦੇ, ਉਹਨਾਂ ਨਾਲ ਦੋ ਐਮਐਲਏ ਬਲਾਡੇ ਵਾਲੇ ਤੇ ਸੂਗੜ ਵਾਲੇ ਤੇ ਉਹਨਾਂ ਦੇ ਇੱਕ ਦੋ ਬੰਦੇ ਹੋਰ ਅਫੀਸ਼ੀਏਟਿੰਗ ਬੰਦੇ ਨਾਲ ਸੀਗੇ। ਅੱਜ ਦੋਸਤੋ ਬਾਈ ਰੰਧਾਵੇ ਦੇ ਪੇ ਤੁਸੀਂ ਦੱਸਣ ਲੱਗਿਆ ਖੁਸ਼ੀ ਦੀ ਖਬਰ ਆ ਗਈ, ਝੋਟਾ ਇੱਕ ਦੋ ਦਿਨਾਂ ਦੇ ਵਿੱਚ ਹੀ ਬਾਹਰ ਆਜੂਗਾ। ਵਾਪਸ ਕੀਤਾ ਜਾਵੇ, ਨਾਲ ਦੀ ਨਾਲ ਪੁਲਿਸ ਡਿਸਚਾਰਜ ਐਪਲੀਕੇਸ਼ਨ ਪੇਸ਼ ਕਰੂਗੀ ਤੇ ਝੋਟਾ ਆਪਣਾ ਬਾਹਰ ਆਜੂਗਾ ਬਾਈ ਜੀ। ਤੇ ਇਸ ਕਰਕੇ ਐਸਓਜੀ ਸਾਹਿਬ ਨੇ ਗੱਲ ਕਹੀ ਹੈ ਵੀ ਜਦੋਂ ਜੇ ਕੋਰਟ ਨੇ ਡਿਸਚਾਰਜ ਐਪਲੀਕੇਸ਼ਨ ਮੰਗੀ ਤਾਂ ਸਾਨੂੰ ਦੋ ਦਿਨ ਦਾ ਟਾਈਮ ਚਾਹੀਦਾ ਹੈਗਾ, ਤਾਂ ਮੈਕਸੀਮਮ ਦੋ ਦਿਨ ਹੋਣ ਲੱਗਣਗੇ ਬਾਈ। ਸਾਰੇ ਭਰਾਵਾਂ ਦਾ ਧੰਨਵਾਦ, ਬਾਈ ਹੋਰ ਰੰਧਾਵੇ ਹੋਰਾਂ ਸਾਰਾ ਧੰਨਵਾਦ ਜਿਹੜੇ ਨਾਲ ਖਿੱਚੀ ਰੱਖਿਆ ਕੰਮ ਜਿਨ੍ਹਾਂ ਨੇ, ਤੇ ਸਾਰਿਆਂ ਵਾਸਤੇ ਖੁਸ਼ੀ ਦੀ ਖਬਰ ਆ ਬਾਈ, ਚੰਗੇ ਲੋਕਾਂ ਦੀ ਜਿੱਤ ਹੋਈ ਆ, ਪੰਜਾਬ ਦੀ ਜਿੱਤ ਹੋਈ ਆ। ਸਾਹਿਬ ਪੰਜਾਬ ਚ ਰੌਲਾ ਬਹੁਤ ਵੱਡਾ ਪੈ ਰਿਹਾ ਸੀ ਨਸ਼ੇ ਦਾ, ਹਨਾ ਬਾਈ, ਤੇ ਇਹ ਜਿਹੜੀ ਲਹਿਰ ਆ ਇਹ ਝੋਟੇ ਤੋਂ ਬਾਅਦ ਹੀ ਖੜੀ ਹੋਈ ਸੀ ਹਨਾ, ਇੱਕ ਸਾਹਿਬ ਨਾਲ ਉਹ ਜੜ ਲਾ ਗਿਆ ਸੀ, ਦੁਬਾਰ ਦੀ ਕਮੇਟੀਆਂ ਬਣੀਆਂ, ਸਾਰਾ ਕੁਝ ਸਿਸਟਮ ਚੱਲਿਆ ਹਨਾ, ਤੇ ਪਰ ਬੰਦਾ ਬਾਈ ਤੁਹਾਡੇ ਨਾਲ ਤਾਂ ਗੱਲਬਾਤ ਹੁੰਦੀ ਰਹਿੰਦੀ ਝੋਟੇ ਦੀ, ਪਰ ਬੰਦਾ ਡੋਲਿਆ ਨੀ ਹਨਾ, ਹੌਸਲੇ ਨਾਲ ਰਿਹਾ ਜਮਾ। ਮੈਂ ਕਹਿੰਦਾ ਇੰਨੀ ਚੜ੍ਹਦੀ ਕਲਾ ਵਾਲਾ ਬੰਦਾ ਕੋਈ ਹੋਊਗਾ, ਵੈਸੇ ਤਾਂ ਦਲੇਰ ਤਾਂ ਉਹ ਸ਼ੁਰੂ ਤੋਂ ਸੀਗਾ ਕਿਉਂਕਿ ਅਸੀਂ ਇਕੱਠੇ ਰਹੇ ਆ, ਇਕੱਠੇ ਪੜ੍ਹੇ ਆ, ਇਕੱਠੇ ਖੇਡੇ ਆ, ਪਰ ਜਿਹੜੀ ਉਹਨੇ ਆਹ ਦਲੀਲ ਦਿਖਾਤੀ, ਜਿਹੜਾ ਉਹਦਾ ਸਟੈਂਡ ਰਹਿ ਗਿਆ ਵੀ ਉਹ ਮੈਂ ਬੇਲ ਨੀ ਕਰਵਾਉਣੀ ਹੈਗੀ ਜਿੰਨਾ ਟਾਈਮ ਪੰਜਾਬ ਚ ਨਸ਼ੇ ਨੀ ਖਤਮ ਹੁੰਦੇ। ਉਹ ਕਹਿੰਦਾ ਵੀ ਜੇ ਪੰਜਾਬ ਚ ਨਸ਼ੇ ਖਤਮ ਹੋ ਗਏ, ਸਿੰਥੈਟਿਕ ਨਸ਼ੇ ਖਤਮ ਹੋ ਗਏ, ਸਿਗਨੇਚਰ ਕੈਪਸੂਲ ਖਤਮ ਹੋ ਗਏ, ਫਿਰ ਤਾਂ ਮੈਂ ਬਾਹਰ ਆਊਂਗਾ। ਵੀ ਮੈਂ ਬਾਹਰ ਆ ਕੇ ਅੰਦਰ ਆਈ ਗੱਲਾਂ ਕੋਈ ਫਰਕ ਨੀ ਪੈਂਦਾ, ਫਿਰ ਮੈਂ ਅੰਦਰ ਹੀ ਬੈਠਾ ਰਹੂੰਗਾ। ਅੱਛਾ, ਵੀ ਜਿੰਨਾ ਟਾਈਮ ਪੰਜਾਬ ਜਾਗਦਾ ਨੀ, ਪੰਜਾਬ ਦਾ ਯੂਥ ਨੀ ਜਾਗਦਾ, ਜਿਹੜੇ ਸਿੰਥੈਟਿਕ ਨਸ਼ੇ ਆ ਉਹਨਾਂ ਦੇ ਖਿਲਾਫ਼ ਨੀ ਆਪਾਂ ਖੜੇ ਹੁੰਦੇ ਹੈਗੇ। ਤੁਸੀਂ ਤਾਂ ਬਈ ਦੇਖੋ ਹਰੇਕ ਪਿੰਡ ਚ ਲਗਭਗ ਜਿਵੇਂ ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ, ਜਿਹੜਾ ਆਪਣਾ ਮਾਲਵਾ ਏਰੀਆ ਹੈਗਾ, ਇੱਥੇ ਲਗਭਗ ਸਾਰੇ ਪਿੰਡਾਂ ਚ ਕਮੇਟੀਆਂ ਬਣ ਗਈਆਂ, ਜਿੱਥੇ ਨਹੀਂ ਬਣੀਆਂ ਉਹ ਬਣਾਉਣ ਚ ਲੱਗੇ ਹੋਏ ਨੇ। ਕਿਉਂਕਿ ਅਸੀਂ ਇੱਕ ਬੇਨਤੀ ਕੀਤੀ ਸੀ, ਜਿਹੜੇ ਅਸੀਂ ਕਮੇਟੀਆਂ ਬਣਾ ਰਹੇ ਹਾਂ ਉਹ ਇਮਾਨਦਾਰ ਬੰਦਿਆਂ ਦੀ ਬਣਾਓ, ਤੁਹਾਨੂੰ ਬੇਨਤੀ ਹੈਗੀ। ਕਿਉਂਕਿ ਐ ਨਾ ਵੀ ਜਿਵੇਂ ਤੁਸੀਂ ਕਮੇਟੀ ਪ੍ਰਧਾਨ ਬਣਾ ਦੋ, ਕੱਲ ਸਰਪੰਚ ਖੜਾ ਹੋ ਜੇ, ਕੋਈ ਮੈਂਬਰ ਖੜਾ ਹੋ ਜੇ, ਕੋਈ ਕੱਲ ਨੂੰ ਹੋਰ ਲੀਡਰ ਬਣ ਜੇ, ਵੀ ਲੀਡਰ ਬਣੋ। ਪਰ ਬੇਨਤੀ ਇਹ ਸੀ ਵੀ ਇਮਾਨਦਾਰ ਬੰਦੇ ਹੁਣ, ਉਹ ਚਿੰਤਾ ਹੁਣ ਆਪਦੇ ਪਿੰਡ ਪ੍ਰਤੀ ਚਿੰਤਾ ਹੋਵੇ। ਜੇ ਤੁਸੀਂ ਪਿੰਡ ਦੀ ਚਿੰਤਾ ਕਰੋਗੇ ਫਿਰ ਸ਼ਹਿਰ ਦੀ ਕਰੋਗੇ, ਫਿਰ ਪੰਜਾਬ ਦੀ ਕਰੋਗੇ। ਜਿਵੇਂ ਝੁੱਟਣ ਨੇ ਪਹਿਲੇ ਦਿਨ ਗੱਲ ਕਹੀ ਸੀ ਬਾਈ, ਕਹਿੰਦਾ ਮੈਂ ਮਾਨਸਾ ਚ ਨਸ਼ਾ ਬੰਦ ਕਰਵਾਊਂਗਾ। ਲੱਗੇ ਮਾਨਸਾ ਤੁਸੀਂ ਬਾਈ, ਇੰਨੀ ਮਿਹਰ ਹੋਈ ਗੁਰੂ ਨਾਨਕ ਦੇਵ ਜੀ ਦੀ ਤੇ ਪੂਰੀ ਦੁਨੀਆਂ ਦੇ ਵਿੱਚ ਲੋਕ ਨਸ਼ੇ ਖਿਲਾਫ਼ ਲੜਨ ਲੱਗ ਗਏ। ਤੁਸੀਂ ਦੇਖੋ ਕੈਨੇਡਾ ਦੇ ਵਿੱਚ ਵੀ ਆਪਣੇ ਪੰਜਾਬੀ ਭਰਾਵਾਂ ਨੇ, ਕੱਲ ਮੈਨੂੰ ਉਹਨਾਂ ਨੇ ਵੀਡੀਓ ਪਾਈ ਸੀ ਕੈਨੇਡਾ ਤੋਂ, ਅੰਟਾਰੀਓ ਤੋਂ ਆਪਣੇ ਮਿੱਤਰਾਂ ਨੇ, ਉਹ ਕਹਿੰਦੇ ਅਸੀਂ ਇੱਥੇ ਵੀ ਚੱਕ ਦਾ ਕੰਮ, ਕਹਿੰਦਾ ਯਾਰ ਵੀ ਇੱਥੇ ਆਸੇ ਪਾਸੇ ਜੇ ਕੋਈ ਵੇਚਦਾ ਪੁੱਛਦਾ ਹੈਗਾ ਤਾਂ ਅਸੀਂ ਉਹਦੀ ਕੰਪਲੇਂਟ ਕਰਨ ਲੱਗ ਗਏ, ਕਰਨ ਲੱਗ ਗਏ ਅਸੀਂ ਵੀ ਗੁਪਤ ਰੂਪ ਚ ਵੀ। ਪਰ ਪਹਿਲਾਂ ਜਿਹੜਾ ਹੁੰਦਾ ਸੀਗਾ ਵੀ ਅਸੀਂ ਕੰਪਲੇਂਟ ਵੀ ਨੀ ਕਰਦੇ ਸੀ, ਉਹ ਕਹਿੰਦੇ ਯਾਰ ਸਾਡੇ ਨਾਲ ਝੋਟਾ ਉੱਥੇ ਬੁੱਕੀ ਜਾਂਦਾ, ਅਸੀਂ ਇੱਥੇ ਬੁੱਕਾਂਗੇ, ਕੀ ਗੱਲ ਹੈ। ਤੇ ਬਲਕਿ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਲੋਕ ਇਸ ਲਹਿਰ ਦੇ ਨਾਲ ਜੁੜੇ ਨੇ। ਨਹੀਂ ਹੁਣ ਜਲਦੀ ਵੀ ਹੋਊਗਾ ਕੰਮ ਆਪਣਾ। ਬਿਲਕੁਲ ਬਾਈ ਬਿਲਕੁਲ, ਉਹ ਦੇਖੋ ਉਹਨਾਂ ਨੇ ਅੱਜ ਜਿਹੜੀ ਕੰਡੀਸ਼ਨ ਸੀ, ਯਕੀਨ ਤਾਂ ਆਪਾਂ ਫੇਰ ਗੱਲ ਹੁੰਦੀ ਹੈ ਨਾ ਜੇ ਆਪਾਂ ਹੋਰ ਕਰੀਏ, ਯਕੀਨ ਹੁਣ ਉਹਨੇ ਕਿਹਾ ਵੀ ਕੱਲ ਨੂੰ ਅਸੀਂ ਮਦਈ ਲਿਆਵਾਂਗੇ ਫੜ ਕੇ, ਉਹਦਾ ਕੋਰਟ ਚ ਬਿਆਨ ਕਰਾ ਦਾਂਗੇ, ਮੈਂ ਕੇਸ ਨਹੀਂ ਲੜਨਾ ਚਾਹੁੰਦਾ। ਕਿਉਂਕਿ ਥੋੜਾ ਜਿਹਾ ਦੇਖੋ ਪ੍ਰਸ਼ਾਸਨ ਆਪ ਦੇ ਟੇਢਾ ਢੰਗ ਦਾ ਖੇਡ ਗਿਆ, ਪਰ ਇਹ ਜੋ ਕੱਲ ਨੂੰ ਉਹ 10 ਵਜੇ ਮਦਈ ਨੂੰ ਕੋਰਟ ਚ ਲਿਆਉਣਗੇ, ਅੱਜ ਹੁਣ ਐਸਓਜੀ ਸਾਹਿਬ ਇੱਕ ਮੀਟਿੰਗ ਬਾਅਦ ਚ ਹੋਣੀ ਆ, ਹੁਣ ਉਹ ਕਿਹੜੇ ਅਫਸਰ ਦੀ ਅਪਾਇੰਟਮੈਂਟ ਕਰਦੇ ਆ ਵੀ ਡੀਐਸਪੀ ਦੀ ਜਾਂ ਐਸਪੀ ਦੀ ਆਪਦੇ ਕਿਸੇ ਵੀ ਆਪਦੇ ਸੁਬਾਰਡੀਨੇਟ ਅਫਸਰ ਦੀ, ਵੀ ਉਹ ਉਹਨੂੰ ਅਪਾਇੰਟ ਕਰਕੇ ਕਹਿਣਗੇ ਵੀ ਤੂੰ ਤੂੰ ਹੀ ਬੰਦਾ ਲੈ ਕੇ ਆਉਣਾ, ਤੂੰ ਹੀ ਐਪਲੀਕੇਸ਼ਨ ਲਾਉਣੀ ਹੈ, ਸਾਰੀ ਕੋਰਟ ਪ੍ਰੋਸੀਡਿੰਗ ਤੂੰ ਵਕੀਲ ਨਾਲ ਰਲ ਕੇ ਸਾਰੀ ਕਰਨੀ ਹੈਗੀ। ਇਹ ਬਾਈ ਸਾਡੀ ਬਾਰ ਐਸੋਸੀਏਸ਼ਨ ਪੱਬਾਂ ਭਰ ਹੋਈ ਫਿਰਦੀ ਆ, ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਬਿਆਨਤਾ ਦਵਾਓ, ਅਸੀਂ ਜੱਜ ਦੀਆਂ ਰੇੜੀਆਂ ਕੱਢ ਲਾਂਗੇ, ਬੇਨਤੀਆਂ ਕਰ ਲਾਂਗੇ ਵੀ ਜੀ ਇਹ ਤਾਂ ਪੰਜਾਬ ਪਿੱਛੇ ਲੜੀ ਜਾਂਦਾ ਬੰਦਾ, ਇਹਨੂੰ ਛੇਤੀ ਛੇਤੀ ਆਪਾਂ ਰਿਹਾ ਕਰੀਏ, ਥੋੜੇ ਦਿਨਾਂ ਚ ਆਜੂ ਬਾਹਰ। ਬਸ ਬਾਈ ਮੈਕਸੀਮਮ ਦੋ ਦਿਨ ਨੇ।